ਯਾਰ ਮਤਲਬ ਮੈਂ ਕਿਹਾ ਮੈਂ ਨਵਾਂ ਸੂਟ ਪਾਉਣਾ, ਹੁਣ ਨਵਾਂ ਸੂਟ ਪਾਉਣ ਤੋਂ ਲੜਾਈ, ਹਜੇ ਮੈਂ ਬੱਚਾ ਤਾਂ ਨਹੀਂ, ਮੈਂ ਬੁੱਢਾ ਹੋ ਗਿਆ, ਮੈਂ ਬੁੱਢਾ ਹੋ ਗਿਆ, ਹਜੇ ਵੀ ਇਹਨਾਂ ਨਾਲ ਕਿ ਨਵਾਂ ਸੂਟ ਨਹੀਂ ਪਾਉਣਾ, ਤੂੰ ਅੱਜ ਨਹੀਂ ਪਾਉਣਾ। ਬਾਬਾ ਜੀ ਸ਼ਹਿਰੋਂ ਆ ਗਏ, ਮਜ਼ਾ ਆ ਗਿਆ, ਨਹੀਂ ਚੈੱਕ ਕਰੋ ਤੁਸੀਂ, ਮਿੱਟੀਓ ਮਿੱਟੀ ਹੋਇਆ ਮੈਂ ਸਾਰਾ ਕੰਮ, ਫੁੱਲ ਮਿੱਟੀਓ ਮਿੱਟੀ। ਲਓ ਜੀ ਮਾਂ ਜੀ ਨੇ ਜਿਹੜਾ ਉਹਨੂੰ ਪਰਸੋਂ ਦੀ ਰੋਲੀ ਪਾਈ ਸੀ, ਆ ਕਾਰ ਸੈੱਟ 'ਤੇ ਆਪਾਂ ਪੌੜੀ ਪੌੜੀ ਲੈ ਆਉਂਦੀ, ਮੈਂ ਕਿਹਾ ਹੁਣ ਮੈਂ ਘਰ ਹੀ ਦਿੰਦਾ ਕਾਰ, ਤੁਸੀਂ ਹੁਣ ਪੌੜੀ ਨੂੰ ਹੱਥ ਰੱਖਣਾ ਵਾ, ਇਹ ਨਾ ਹੁਣ ਕੋਈ ਮੇਰੇ ਕੋਲ ਖਲੋਤਾ ਨਹੀਂ ਜਾਂਦਾ, ਅਤੇ ਪੌੜੀ ਤਿਲਕ ਜਾਣੀ ਭਾਅ ਜੀ, ਥੱਲੇ ਟਾਇਰ ਲੱਗੀ ਹੈ ਵੇਖੋ ਮੇਰੇ 'ਤੇ, ਤੁਸੀਂ ਦੰਦੀਆਂ ਕਢਾਉਣੀਆਂ ਨੇ, ਇਹ ਦੀਵਾਰ ਨਾਲ ਲੱਗਦੀ ਭਲਾ ਪੌੜੀ ਕਿਹੜੀ, ਖਲੋ ਜਾਓ ਮੈਂ ਫਿਰ ਪਹਿਲੇ ਨਾ ਵਾਂਸ ਵਾਲੀ ਪੌੜੀ ਬਣਵਾਉਂਦਾ, ਹੈ ਠੀਕ ਹੈ, ਲਾਉਣਾ ਕਿੰਨੀ ਉੱਚੀ ਤਾਰ ਰੱਖ, ਮੈਂ ਕਹਿੰਦਾ ਉਹ ਮੈਂ ਨਾਲ ਰੱਖ ਕੇ ਪੱਟੀ ਤੇ ਠੋਕ ਦਿਆਂ, ਆ ਵੇਖੋ ਸੀਲਿੰਗ ਤੋਂ ਥੋੜਾ ਨੀਵਾਂ ਰੱਖਾਂਗਾ ਨਾ, ਦੀਵਾਰ ਤੇ ਠੋਕਾਂਗਾ ਸੀਲਿੰਗ ਤੇ ਨੀ, ਸੀਲਿੰਗ ਤੋਂ ਥੋੜਾ ਨੀਵਾਂ ਰੱਖਾਂਗਾ, ਹੈ ਸੋਚ ਵਿਚਾਰ ਕਰ ਲਓ। ਅਸਲਾਮੁ ਅਲੈਕੁਮ, ਹਾਂਜੀ ਪਹੁੰਚ ਗਈ ਆਵਾਜ਼, ਕੀ ਹਾਲ ਨੇ, ਠੀਕ ਹੋ, ਘਰ ਵਾਲਿਆਂ ਦੇ ਕੰਨ ਪਾੜ ਗਏ ਨੇ, ਭਾਵੇਂ ਉੱਧਰੋਂ ਮਸੀਤਾ ਮੌਲਵੀ ਭੱਜਿਆ ਹੋਇਆ ਨੇ, ਕਹਿੰਦਾ ਪਤਾ ਨਹੀਂ ਕੀ ਹੋ ਗਿਆ ਮੁੰਡਾ ਪਾਗਲ ਹੋ ਗਿਆ। ਹਾਂਜੀ ਕੀ ਹਾਲ ਚਾਲ ਨੇ, ਸਾਰੇ ਠੀਕ ਹੋ, ਸਿਹਤ ਤਬੀਅਤ ਠੀਕ ਹੈ, ਮਿਜ਼ਾਜ ਬਿਲਕੁਲ ਫਿੱਟ ਨੇ, ਸਭ ਜੈਸੇ ਸਾਰਾ, ਤਾਂ ਪਹਿਲੇ ਦੱਸੋ ਭਰਾ ਖਾਰਨ ਖੂਰ ਕੱਢ ਕੇ ਆਇਆ, ਫਿਰ ਮਾਸ਼ਾਅੱਲਾ ਲੱਗ ਰਿਹਾ ਕਿ ਨਹੀਂ, ਮਾਸ਼ਾਅੱਲਾ ਪੜ੍ਹ ਦਿੰਦੀ ਹੈ, ਮੈਨੂੰ ਨਜ਼ਰ ਐਵੇਂ ਲੱਗ ਜਾਂਦੀ, ਭਾਵੇਂ ਮੋਟਾ ਲੇਕਿਨ ਮੈਨੂੰ ਪਤਾ ਮੈਂ ਸੋਹਣਾ, ਮੈਂ ਸ਼ੀਸ਼ੇ 'ਚ ਵੇਖ ਕੇ ਦੱਸਦਾ, ਮਾਸ਼ਾਅੱਲਾ ਮਾਸ਼ਾਅੱਲਾ, ਰੰਗ ਤਾਂ ਫਿਰ ਜਚਿਆ ਨਾ ਪੂਰਾ, 2 ਸਾਲਾਂ ਬਾਅਦ ਰੰਗ ਦੁਬਾਰਾ ਲਿਆ, 2 ਸਾਲਾਂ ਬਾਅਦ। ਹਾਂ ਵੀ ਸੋਹਣੀ ਹੈ, ਸਵਾਰ ਰੰਗੀ ਕੀ ਕਰੀ ਜਾ ਰਹੀ ਹੈ ਪ੍ਰੀਤੋ, ਅਤੇ ਅੱਜ ਮੇਰੇ ਨਾਲ ਨਾ ਸਵੇਰ ਦੀ ਪ੍ਰੀਤੋ ਨਾਰਾਜ਼ ਹੀ ਹੈ, ਠੀਕ ਹੈ। ਲਓ ਮੈਂ ਇਹ ਤਾਰੀਫ ਕਰਨ ਦਾ ਇੱਕ ਹਰ ਕਿਸੇ ਦਾ ਅਲੱਗ ਅਲੱਗ ਅੰਦਾਜ਼ ਹੁੰਦਾ, ਹੁਣ ਇਹਦੇ 'ਚ ਕੋਈ ਮਾੜਾ ਲਫਜ਼ ਨਹੀਂ, ਸੋਹਣੀ ਹੈ ਸਵਾਰ ਰੰਗੀ, ਮਤਲਬ ਸਵਾਹ ਦਾ ਮਤਲਬ ਇਹ ਨਹੀਂ ਕਿ ਸਵਾਹ ਉਹ ਰਾਖ ਕਾਲੀ ਕਾਲੀ ਹੁੰਦੀ ਹੈ, ਇਹ ਮਤਲਬ ਇਹ ਅੱਛੇ ਅਲਫਾਜ਼ ਦੇ ਵਿੱਚ ਮੇਰਾ ਤਾਰੀਫ ਕਰਨ ਦਾ ਜਿਹੜਾ ਨਾ, ਮੈਨੂੰ ਇਹ ਮਤਲਬ ਸਮਝ ਲਓ ਤੁਸੀਂ ਕੀ ਮਤਲਬ ਇਹਦਾ, ਕਿ ਮੈਂ ਤਾਰੀਫ ਕਰਦਾ ਇਹਦੇ ਨਾਲ, ਠੀਕ ਹੈ, ਸੋਹਣੀ ਸਵਾਰ ਰੰਗੀ ਕੋਈ ਬੁਰਾ ਲਫਜ਼ ਨਹੀਂ ਹੈ। ਮੈਂ ਸਵੇਰ ਦਾ 2-3 ਵਾਰੀ ਕਿਹਾ ਤਾਂ ਵੇਖੋ ਮੂੰਹ ਕਿਵੇਂ ਬਣਿਆ ਪਿਆ, ਆਹ ਚੈੱਕ ਕਰਨਾ, ਸਵੇਰ ਦੀ ਸਾਰੇ ਘਰ ਦੇ ਵਿੱਚ ਲਸਣ ਕਮਾ ਕਮਾ ਕੇ ਜਿਹੜੇ ਨਾ ਸਾਰੇ ਘਰ ਦੇ ਵਿੱਚ ਬੋ ਖਲਾਰੀ ਪਈ ਹੈ ਤੇ ਤਹਿਸ ਨਹਿਸ ਕੀਤੀ ਪਈ ਹੈ। ਹਾਂ ਤੁਸੀਂ ਅੱਗੇ ਛੋਟਾ ਜਿਹਾ ਸ਼ੋਰਟ ਜਿਹਾ ਤੁਹਾਨੂੰ ਮੈਂ ਵਿਖਾਇਆ ਸੀ ਪਹਿਲੇ, ਠੀਕ ਹੈ, ਕਿ ਮੈਂ ਜਿਹੜਾ ਨਾ ਤਾਰ ਤੂੰ ਸੈੱਟ ਕਰਨ ਲੱਗਾ, ਤੇ ਚੈੱਕ ਕਰੋ ਹਾਂ ਨਜ਼ਾਰੇ, ਆਏ ਤੁਹਾਡੇ ਭਰਾ ਨੇ ਮਿਹਨਤਾਂ ਕਰਕੇ ਤਾਰ ਟੰਗ ਦਿੱਤੀ ਉੱਤੇ ਲਾ ਕੇ, ਸੈਟਿੰਗ ਮੈਟਿੰਗ ਕਰਕੇ, ਮੈਂ ਕਿਹਾ ਹਰ ਚੀਜ਼ ਸਾਫ਼ ਸਫਾਫ ਕਰਦਾ, ਬਾਹਰ ਹਨੇਰੀ ਜਿਹੀ ਚੱਲੀ ਜਾ ਰਹੀ, ਮਿੱਟੀ ਮੁੱਟੀ ਉੱਡੀ ਜਾ ਰਹੀ, ਅਤੇ ਹੁਣ ਸਭ ਤੋਂ ਪਹਿਲੇ ਸੋਹਣੀ ਸਵਾਹ ਰੰਗੀ, ਅਤੇ ਆਪਣੇ ਨਾਲ ਕੋਈ ਚੰਗੇ ਤਰੀਕੇ ਨਾਲ ਬੋਲੀ, ਉਨੀ ਦੇਰ ਮੈਂ ਨਮਾਜ਼ ਪੜ੍ਹਿਆ, ਮੈਂ ਨਮਾਜ਼ ਦਾ ਟਾਈਮ ਲੰਘਦਾ ਪਿਆ, ਨਮਾਜ਼ ਪੜ੍ਹੇ ਤੋਂ ਉਸ ਤੋਂ ਬਾਅਦ ਬੋਲਦੇ। ਹਾਂਜੀ ਕੀ ਕਿਹਾ, ਨਹੀਂ ਯਾਰ ਮਤਲਬ ਮੈਂ ਕਿਹਾ ਮੈਂ ਨਵਾਂ ਸੂਟ ਪਾਉਣਾ, ਹੁਣ ਨਵਾਂ ਸੂਟ ਪਾਉਣ ਤੋਂ ਲੜਾਈ, ਹਜੇ ਮੈਂ ਬੱਚਾ ਤਾਂ ਨਹੀਂ, ਮੈਂ ਬੁੱਢਾ ਹੋ ਗਿਆ, ਮੈਂ ਬੁੱਢਾ ਹੋ ਗਿਆ, ਹਜੇ ਵੀ ਇਹਨਾਂ ਨਾਲ ਕਿ ਨਵਾਂ ਸੂਟ ਨਹੀਂ ਪਾਉਣਾ, ਤੂੰ ਅੱਜ ਨਹੀਂ ਪਾਉਣਾ, ਪਰਾਉਣੇ ਨੇ ਆਉਣਾ ਕਿਸੇ ਦਿਨ, ਪਲਾਨੇ ਨੇ ਆਉਣਾ ਸੁਣੀ, ਫਿਰ ਪਾ ਲਈ ਕਿਸੇ ਦਿਨ, ਕਿਤੇ ਜਾਣ ਲੱਗਿਆ ਪਾ ਲਈ, ਇਹ ਪੁਰਾਣਾ ਹੋ ਜਾਣਾ, ਉਹ ਯਾਰ ਸਾਰੀ ਉਮਰ ਨਿੱਕੇ ਹੁੰਦੇ ਵੀ ਹਾਂਜੀ ਐਡੇ ਸੀ ਨਾ, ਜਦੋਂ ਉਦੋਂ ਵੀ 6-6 ਫੁੱਟ ਦੀਆਂ ਸ਼ਰਟਾਂ ਲੈ ਦੇਣੀਆਂ, ਉਹ ਪੈਰਾਂ ਦੇ ਵਿੱਚ ਝਗਲੇ ਬਣੇ ਫਿਰਨ ਲੈ, ਅਗਲੀ ਇੱਥੇ ਵੀ ਪੈ ਜਾਣੀਆਂ ਪੁੱਤ, ਠੀਕ ਹੈ, ਜੁੱਤੀ 2 ਨੰਬਰ ਵੱਡੀ ਲੈ ਦੇਣੀ, ਜਿੰਨੇ ਚਿਰ ਜੁੱਤੀ ਪੈਰ 'ਚ ਪੂਰੀ ਹੋਣੀ ਜਿਹਨੂੰ ਜੁੱਤੀ ਟੁੱਟ ਜਾਣੀ ਹੈ, ਮਸੀਤੋਂ ਚੱਕੀ ਜਾਂਦੀ ਸੀ, ਠੀਕ ਹੈ, ਅਤੇ ਜਿੰਨੇ ਚਿਰ ਜੇ ਸ਼ਰਟ ਪੂਰੀ ਹੁੰਦੀ ਸੀ ਹੁੰਦੀ, ਕੂਹਣੀਆਂ ਪਾੜ ਦਿੰਦੇ ਸੀ ਘਸ ਘਸ ਕੇ, ਹੁਣ ਦਾ ਰੰਗ ਉੱਤਰ ਜਾਣਾ, ਅਤੇ ਹੁਣ ਵੀ ਉਹੀ
ਹਿਸਾਬ ਆ ਜੇ ਬੁੱਢੇ ਹੋ ਗਏ ਜਿਹੜੀ ਸ਼ੈ ਲਈ ਪਾਪ ਆਪ ਜਦੋਂ ਲਈ ਨਾ ਹੁਣ ਲਈ ਨਾ ਤੇ ਸ਼ਾਮੀ ਪਾਕ ਹੋ ਜਾਣਾ ਨਹੀਂ ਆਈਦਾ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰੀਦਾ ਵਾ ਰੱਬ ਨੇ ਬੜਾ ਕੁਝ ਦਿੱਤਾ ਵਾ ਸ਼ੁਰੂ ਤੋਂ ਹੀ ਰੱਜ ਕੇ ਕੱਢਾ ਤੁਸੀਂ ਤਰਜ ਕੇ ਤੇ ਇਹਦੇ ਚ ਨੂੰ ਸ਼ੁਕਰ ਵਾਲੀ ਕਿਹੜੀ ਗੱਲ ਮੈਂ ਇਹ ਕਿਹਾ ਮੈਂ ਕਿਹਾ ਅੱਜ ਸੂਟ ਪਾਣਾ ਮੈਂ ਕਿਹਾ ਸੂਟ ਪਾਣਾ ਮੈਂ ਕਿਹਾ ਸੂਟ ਪਾਣਾ ਤੇ ਸੂਟ ਪਾਉਣ ਦਿਓ ਤਾਂ ਜਿਹੜਾ ਨਾ ਉਹ ਕਰਤਾ ਸ਼ਰਟਾਂ ਮੇਰੀਆਂ ਪੱਟ ਮੇਰੇ ਕੱਪੜੇ ਪਾੜਦੇ ਨਹੀਂ ਜੁੱਤੀਆਂ ਦੀ ਗੱਲ ਨਹੀਂ ਗੱਲ ਗੱਲ ਇਹ ਹੋ ਰਹੀ ਹੈ ਕਿ ਵੱਡੀ ਸ਼ੈ ਲੈ ਕੇ ਦੇਣੀ ਠੀਕ ਹੈ ਸਾਰੀ ਉਮਰ ਜਿਹੜਾ ਨਾ ਵੱਡੀ ਲੈ ਕੇ ਅਗਲੀ 'ਤੇ ਪੈ ਜਾਏਗੀ ਚਾਰਾਂ ਮਹੀਨਿਆਂ ਬਾਅਦ ਵਿਆਹ ਆਉਣ ਡਿਆ ਫਲਾਣੇ ਦਾ ਵਿਆਹ ਹੋਣਾ ਤੇਰੇ ਮਾਮੇ ਦੇ ਪੋਤੇ ਦੇ ਦੋਹਤੇ ਦਾ ਜਿਹੜਾ ਵਿਆਹ ਵਾ ਠੀਕ ਹੈ ਜਾਂ ਤੇਰੇ ਤਾਏ ਦੇ ਫਲਾਣੇ ਮੁੰਡੇ ਦਾ ਕੁੜੀ ਦਾ ਅੱਗੇ ਵਿਆਹ ਵਾ ਤਾਂ ਜਾ ਉਹਦੇ ਵਿਆਹ ਦੇ ਉੱਤੇ ਪੂਰੇ ਆ ਜਾਣਗੇ ਪੈ ਜਾਣਗੇ ਠੀਕ ਉਹ ਪਹਿਲੇ ਪਲਾਨ ਸਾਰਾ ਕੀਤਾ ਹੁੰਦਾ ਸੀ ਕਹਿੰਦੇ ਵਿਆਹ ਤੇ ਪੈ ਜਾਣੇ ਤਾਂ ਹੁਣ ਲੈ ਲਈਏ ਹੁਣ ਵੀ ਸਰ ਜਾਏਗਾ ਉਦੋਂ ਵੀ ਸਰ ਜਾਏਗਾ ਵੱਡੇ ਲੈ ਕੇ ਹਜੇ ਵੀ ਹੈ ਸਾਰੀ ਮਾਵਾਂ ਇੰਝ ਕਰਦੀਆਂ ਪਹਿਲਾਂ ਤੁਸੀਂ ਕਮੇਟੀ ਦੱਸਣਾ ਤੁਸੀਂ ਇੰਝ ਕਰਦੇ ਹੋ ਵੀ ਇਹਨੇ ਹੁਣ ਕੱਦ ਕਰਨ ਡਿਆ ਬੱਚਾ ਵਾਧਾ ਹੋਣ ਡਿਆ ਇਹਦਾ ਜਿਸਮ ਵਧਣ ਡਿਆ ਬੋਲਣ ਡਿਆ ਕੱਪੜਾ ਅੱਜ ਅਸੀਂ 2 ਮਹੀਨੇ ਪਹਿਲਾਂ ਲਵਾਂਗੇ ਹੋਰ ਨੰਬਰ ਹੋਣਾ 2 ਮਹੀਨੇ ਬਾਅਦ ਹੋਰ ਕੋਈ ਸੂਟ ਜਿਹੜਾ ਉਹ ਇੱਕੋ ਦਿਨ ਪਾ ਕੇ ਇਹਨੇ ਰੱਖ ਦੇਣਾ ਹੁੰਦਾ ਸਾਲ ਤਾਂ ਪੂਣਾ ਹੀ ਹੁੰਦਾ ਨਾ 6 ਮਹੀਨੇ ਪਾ ਲਿਆ ਸਾਲ ਪਾ ਲਿਆ ਪੂਣਾ ਹੁੰਦਾ ਨਾ ਜਿੰਨੀ ਸਪੀਡ 'ਚ ਬੱਚਾ ਗਰੋ ਕਰਦਾ ਸੀ ਨਾ ਬੱਚੇ ਨੂੰ ਕਹਿੰਦੇ ਕਿ ਚਲੋ ਛੋਟਾ ਹੋਵੇ ਓਨੀ ਸਪੀਡ 'ਚ ਮੇਰਾ ਹੁਣ ਢੇਡ ਅੱਜ ਕੱਲ੍ਹ ਗਰੋ ਕਰ ਰਿਹਾ ਅਤੇ ਮੈਂ ਤਾਂ ਹੀ ਉਹ ਕਹਿਣ ਡਿਆ ਕਿ ਮੈਂ ਅੱਜ ਪਾ ਲਵਾਂ ਇਹ ਨਾ ਹੋਵੇ 2 ਮਹੀਨੇ ਬਾਅਦ ਮੈਂ ਪਾਵਾਂ ਤੈਨੂੰ ਚਲੋ ਬਾਬੇ ਮੈਨੂੰ ਫਿਰ ਨਾ ਫਸੇ ਕੰਮ ਇੱਕੋ ਜਿਹਾ ਅੱਜ ਸ਼ਾਮੀ ਜਿਮ ਜਾਣਾ ਤੁਹਾਡੇ ਪੁੱਤਰ ਨੇ ਅੱਜ ਜਿਮ ਜਾਣਾ ਮੈਂ ਕਹਿੰਦਾ ਸਾਰੇ ਡੋਲੇ ਪਾੜ ਦੇਣੇ ਨੇ ਡੰਬਲ ਚੁੱਕ ਚੁੱਕ ਕੇ ਹਰ ਸ਼ੈ ਭੰਨ ਭੁੰਨ ਦੇਣੀ ਨਹੀਂ ਮੈਂ ਛੱਡ ਦਿੱਤੀ ਹੁਣ ਦੁਬਾਰਾ ਜਾਵਾਂਗਾ ਇਨਸ਼ਾਅੱਲਾ ਅੱਜ ਸ਼ਾਮੀ ਪੱਕਾ ਜਾਣਾ ਜਿਮ ਅੱਛਾ ਮੈਂ ਪੱਕਾ ਜਾਣਾ ਜਿਮ ਮੈਂ ਪਹਿਲੇ ਨਮਾਜ਼ ਪੜ੍ਹਾਂ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਲੜਾਈਆਂ ਤਾਂ ਆਪਣੀਆਂ ਮੁੱਕਣੇ ਨਹੀਂ ਮੈਂ ਅਸਤਗਫਰੁੱਲਾ ਕੰਮ ਕਰ ਲਿਆ ਕਰ ਮੈਂ ਕੱਲ੍ਹ ਮਰੱਬੇ ਪਾਣੀ ਲਾ ਗਿਆ ਹੋਰ ਮੈਂ ਕੀ ਕੰਮ ਕਰਾਂ ਨੂੰ ਦੱਸੋ ਹਜੇ ਤੱਕ ਮੈਨੂੰ ਖੱਲੀਆਂ ਪਈਆਂ ਮੈਨੂੰ ਨੀਂਦ ਹੀ ਆਈ ਜਾਂਦੀ ਸਾਰੀ ਵਾਰ ਵਾਰ ਹੁਣ ਮੈਂ ਕੀ ਕਰਾਂ ਹੁਣ ਮੇਰੇ ਕੋਲ ਪੈਰਾਂ ਭਾਰ ਨਹੀਂ ਬੈਠਾ ਹੁਣ ਮੈਂ ਕੀ ਕਰਾਂ ਕਹਿੰਦੇ ਮੇਰਾ ਮੇਰਾ ਕਸੂਰ ਅਲਹਾ ਬਹਿ ਗਿਆ ਮੈਂ ਕਿਤੇ ਮੇਰੇ ਬਜਾ ਕੇ ਪੱਠ ਪੱਠ ਲੱਗਾ ਸੀ ਮੈਂ ਆਰਾਮ ਨੂੰ ਕਿਹਾ ਮੈਂ ਕਿਹਾ ਯਾਰ ਸਾਈਡ ਤੋਂ ਮੈਂ ਤੇਰੇ ਨਾਲ ਵਢਾਉਣਾ ਮੈਂ ਦਾਤਰੀ ਫੜ ਕੇ ਪੈਰਾਂ ਭਾਰ ਬੈਠਾ ਪੈਰਾਂ ਭਾਰ ਬਹਿ ਕੇ ਮੈਂ ਗਾਂਹ ਨੂੰ ਰੇੜਨ ਲੱਗਾ ਉਹ ਮੈਨੂੰ ਕਹਿੰਦਾ ਤੂੰ ਵੜ ਲੈ ਤੂੰ ਵੜ ਜਾ ਤੂੰ ਵੜ ਲੈ ਐਡੀ ਵੀ ਗੱਲ ਨਹੀਂ ਬੜੇ ਵੱਡੇ ਨੇ ਜਵਾਨੀ ਦੇ ਵਿੱਚ ਹੁਣ ਸਾਡੀ ਉਮਰ ਲੰਘ ਗਈ ਤਾਂ ਹੁਣ ਤੁਸੀਂ ਗੱਲਾਂ ਕਰਦੇ ਜੀ ਅੱਜ ਕੱਲ੍ਹ ਦੇ ਬਾਲ ਬੜੇ ਵੱਡੇ ਨੇ ਬੜੇ ਵੱਡੇ ਨੇ ਅੱਜ ਕੱਲ੍ਹ ਦੇ ਬਾਲ ਹੁਣ ਸਾਨੂੰ ਬਾਲਾਂ ਨੇ ਸਿਖਾਉਣਾ ਹੈ ਸਾਨੂੰ ਆਹ ਬਾਲਾਂ ਨੇ ਸਿਖਾਉਣਾ ਅੱਜ ਕੱਲ੍ਹ ਦੇ ਨਿੱਕੇ ਨਿੱਕੇ ਬਾਲਾਂ ਨੇ ਜਿਹੜਾ ਨਾ ਉਹ ਕੀ ਕਹਿੰਦੇ ਨੇ ਅੱਗੇ ਕੱਲ੍ਹ ਕਿਸੇ ਨੇ ਕਮੈਂਟ ਕੀਤਾ ਤੁਸੀਂ ਹਰ ਟਾਈਮ ਲੜਦੇ ਰਹਿੰਦੇ ਜੀ ਅਸੀਂ ਲੜਦੇ ਨਹੀਂ ਸਾਡਾ ਮੁਹੱਬਤ ਕਰਨ ਦਾ ਅੰਦਾਜ਼ ਹਰ ਕਿਸੇ ਦਾ ਮੁਹੱਬਤ ਕਰਨ ਦਾ ਅੰਦਾਜ਼ ਵਿਹਲਾ ਹੁੰਦਾ ਨਾ ਅਸੀਂ ਇਹ ਨਹੀਂ ਅਸੀਂ ਇੰਜ ਨਹੀਂ ਕਰਦੇ ਉਹ ਮੇਰਾ ਛੋਨਾ ਉਹ ਮੇਰਾ ਬਾਬੂ ਸਾਡਾ ਛੋਨਾ ਮੋਨਾ ਬਾਬੂ ਨਹੀਂ ਹੁੰਦਾ ਸਾਡਾ ਅੰਦਾਜ਼ ਮੁਖਤਲਿਫ ਆ ਅਸੀਂ ਕਹਿੰਦੇ ਇੰਜ ਕਰਕੇ ਅਸੀਂ ਸਾਡਾ ਇਹ ਮੁਹੱਬਤ ਦਾ ਅੰਦਾਜ਼ ਹੈ ਸਾਡਾ ਦਬਕਿਆਂ ਨਾਲ ਸਾਡੇ ਦਬਕਿਆਂ ਦੇ ਵਿੱਚ ਨਾ ਮਿਠਾਸ ਹੈ ਸਾਡੇ ਮੂੰਹ 'ਚੋਂ ਗੁਲਾਬ ਦੀਆਂ ਪੱਤੀਆਂ ਘਿਰਦੀਆਂ ਨੇ ਪੱਤੀਆਂ ਘਿਰਦੀਆਂ ਨੇ ਚਾਦਰਾਂ ਦਾ ਕੀ ਉਧਮ ਉਧਮ ਮਚਾਇਆ ਪਿਆ ਆ ਨੀ ਮੇਰੀ ਗੁਲਾਬ ਪੱਤੀ ਹੈ ਕੀ ਹਾਲ ਏ ਅਸਤਗਫਰੁੱਲਾ ਇਹ ਕਿਤੇ ਬੰਦਾ ਬੁੜੀ ਜਿਹੜੇ ਨਾ ਕਿਸੇ ਹਾਲ ਚ ਕੋਈ ਵੀ ਬੁੜੀ ਹੋਵੇ ਨਾ ਕਿਸੇ ਹਾਲ ਚ ਖੁਸ਼ ਨਹੀਂ ਹੋ ਸਕਦੀ ਹੁਣ ਮੈਂ ਜੇ ਪੁੱਛਦਾ ਪਿਆ ਨਾ ਮੇਰੀ ਦੀ ਰਹਿਣਗੇ ਕੀ ਹਾਲ ਨੇ ਲੈ ਚੱਲ ਦੱਸੋ ਮੈਨੂੰ ਦੱਸੋ ਮੁੜ ਦੱਸੋ ਹੁਣ ਉੱਥੇ ਮੈਂ ਬਹਿਣਾ ਤੇ ਬਹਿ ਕੇ ਨੀ ਮੈਨੂੰ ਦੱਸ ਸਕਦੇ ਇੰਜ ਦੱਸੋ ਮੇਰੀ ਗੱਲ ਸੁਣ ਇਹਨੂੰ ਕਰ ਬੰਦ ਤੇ ਨਮਾਜ਼ ਪੜ ਜਾ ਲੈ ਵੇਖ ਲਓ ਹੁਣੇ ਮੈਂ ਨਮਾਜ਼ ਪੜ੍ਹਨ ਲੱਗਾ ਸੀ ਮੈਨੂੰ ਕਿਹਾ ਕਿ ਮੇਰਾ ਹਾਲ ਚਾਲ ਨਹੀਂ ਪੁੱਛਿਆ ਹਾਲ ਚਾਲ ਮੈਂ ਸਵੇਰ ਦਾ ਪੁੱਛਦਾ ਪਿਆ ਮੈਨੂੰ ਪਤਾ ਹੀ ਹੈ ਨਾ ਕਿ ਹੁਣ ਕੀ ਜਿਹੜਾ ਨਾ ਪਰੇਸ਼ਾਨ ਕੋਈ ਵੀ ਨਹੀਂ ਹੈ ਲਸਣ ਕੱਢਣਾ ਪੈਣ ਡਿਆ ਬਹਿਣਾ ਪੈ ਰਿਹਾ ਬਸ ਮੈਨੂੰ ਪਤਾ ਮੈਂ ਨਮਾਜ਼ ਪੜ੍ਹ ਕੇ ਨਾ ਆਪਾਂ ਫਿਰ ਬਾਅਦ 'ਚ ਪੁੱਛਦੇ ਹਾਂ ਨਮਾਜ਼ ਲੇਟ ਹੋ ਰਹੀ ਹੈ ਨਮਾਜ਼ ਪੜ੍ਹ ਕੇ ਪੁੱਛਦੇ ਹਾਂ ਜੀ ਤੋ ਜੀ ਮੰਮੀ ਜੀ ਜਿਹੜੇ ਹੈ ਨਾ ਮੰਮੀ ਜੀ ਕਹਿ ਰਹੇ ਸੀ ਕਿ ਪੁੱਤਰ ਹੁਣ ਮੈਨੂੰ ਇੱਕ ਸੂਰਤ 'ਚ ਮੈਂ ਮੰਨਣਾ ਤੇਰੇ ਕੋਲੋਂ ਮੰਮੀ ਜੀ ਅੱਜ ਹੋ ਗਏ ਨੇ ਨਾਰਾਜ਼
ਤੁਸੀਂ ਪਹਿਲੇ ਦੇਖਿਆ ਫਾਈਟ ਹੋ ਰਹੀ ਸੀ, ਮੰਮੀ ਜੀ ਨੇ ਕਿਹਾ ਇੱਕ ਸੂਰ ਤਾਂ ਮੰਨਣਾ ਪੁੱਤਰ ਜੀ ਮੈਨੂੰ ਤੁਸੀਂ ਜੁੱਤੀ ਲਿਆ ਕੇ ਦਿਓਗੇ ਤਾਂ ਠੀਕ ਹੈ। ਮੇਰੀ ਜੁੱਤੀ ਇਹਦੇ ਨਾਲ ਕਾਫੀ ਦਿਨਾਂ ਤੋਂ ਮੈਂ ਹੋ ਗਿਆ ਅਤੇ ਮੈਂ ਜੁੱਤੀ ਲੈਣੀ ਹੈ ਨਵੀਂ, ਮੈਂ ਜੁੱਤੀ ਟਰਾਈ ਕਰ ਰਹੇ ਹਾਂ ਅਤੇ ਮੈਨੂੰ ਜੁੱਤੀ ਤੂੰ ਨਹੀਂ ਲੈ ਕੇ ਦਿੱਤੀ। ਹੁਣ ਮੰਮੀ ਜੀ ਜਿਹੜਾ ਨਾ ਸਾਹ ਲੈ ਰਹੇ, ਮੰਮੀ ਜੀ ਉੱਠੋ ਅਤੇ ਆ ਜਾਓ, ਮੰਮਾ ਜੀ ਮੰਮੀ ਜੀ ਮਾਂ ਜੀ ਚਾਬੀਆਂ ਮੇਰੇ ਕੋਲ ਨੇ, ਬੰਬੂ ਕਾਰਡ ਆਪਣਾ ਵੇਖੋ ਲਸ਼ਕ ਪਸ਼ਕ ਰਿਹਾ, ਆਪਾਂ ਕੱਪੜਾ ਮਾਰਦਾ ਕੱਢਣ ਲੱਗੇ ਹਾਂ। ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ, ਹਾਂ ਲੋਕ ਨਹੀਂ ਕਰਨਾ। ਅੱਛਾ ਉਹਨੂੰ ਮੈਂ ਕਰ ਦਿੰਦਾ, ਲਾਈਟ ਗਈ, ਚਲੋ ਚੰਗਾ ਹੋ ਗਿਆ। ਲਓ ਜੀ ਸ਼ਾਮ ਹੋ ਗਈ ਹੋਈ ਆ ਹੁਣ, ਮਾਸ਼ਾਅੱਲਾ ਜਿਹੜਾ ਨਾ ਹਾਏ ਬਿੱਲੀ ਪਤਾ ਨਹੀਂ ਕਿਉਂ ਪੈਂਦੀ ਅੰਗੂਰਾਂ ਦੇ ਕੋਲ ਆ ਕੇ, ਅੰਗੂਰਾਂ ਦੇ ਚਾਰ ਗੁੱਛੇ ਲੱਗੇ ਨੇ ਟੋਟਲੀ, ਲੇਕਿਨ ਮਾਸ਼ਾ ਫਿਰ ਵੀ ਬਿਹਤਰ ਨੇ। ਇੱਥੇ ਰੱਖਣਾ ਚਾਬੀਆਂ ਨੂੰ ਲੋਕ ਕਰ ਦੇਣਾ, ਚਾਰ ਗੁੱਛੇ ਲੱਗੇ ਨੇ ਆਪਣੇ, ਉਹਨਾਂ ਦੇ ਮਾਸ਼ਾਅੱਲਾ ਬੜੇ ਅੰਗੂਰ ਲੱਗੇ, ਮੈਂ ਵੇਖਿਆ ਜੀ ਵੱਡੀ ਵੇਲਾ। ਚਲੋ ਜੀ ਹੁਣ ਮਾਂ ਜੀ ਲੈ ਕੇ ਚੱਲਦੇ ਹਾਂ ਬਾਜ਼ਾਰ, ਤੁਸੀਂ ਜਾ ਕੇ ਮਾਂ ਜੀ ਨੂੰ ਦਵਾਉਂਦੇ ਹਾਂ ਜੁੱਤੀ ਅਤੇ ਫਿਰ ਮਿਲਦੇ ਹਾਂ। One hour later. ਬਾਬਾ ਜੀ ਸ਼ਹਿਰੋਂ ਆ ਗਏ, ਮਜ਼ਾ ਆ ਗਿਆ, ਆਹ ਚੈੱਕ ਕਰੋ ਤੁਸੀਂ, ਮਿੱਟੀ ਓ ਮਿੱਟੀ ਹੋਇਆ ਮੈਂ ਸਾਰਾ ਕੰਮ, ਫੁੱਲ ਮਿੱਟੀ ਓ ਮਿੱਟੀ ਹੈ ਵੀ ਕਿਸਮ ਦਾ, ਸਵਾਹ ਉੱਡ ਗਈ, ਮੈਂ ਆ ਕੇ ਬ੍ਰੇਕ ਲਾਈ ਸਵਾਹ ਸਾਰੀ ਮੂੰਹ 'ਤੇ। ਓਏ ਹੋਏ ਹੋਏ ਬਾਬਾ ਜੀ ਆਉਂਦਿਆਂ ਹੀ ਕੰਮ ਅਤੇ ਬਾਹਰ ਹਨੇਰੋ ਹਨੇਰਾ ਹੋਇਆ ਪਿਆ, ਹਜੇ ਰਸਤੇ 'ਚ ਸੀ ਅਤੇ ਮਿੱਟੀ ਇੱਕੋ ਦਫਾ ਹਨੇਰੀ ਆਈ ਅਤੇ ਮਿੱਟੀ ਦਾ ਐਸਾ ਤੂਫਾਨ, ਮਿੱਟੀ ਘੱਟ ਅਤੇ ਰੇਤ ਬਹੁਤੀ, ਅੱਖਾਂ ਦੇ ਵਿੱਚ ਪੈ ਗਈ, ਅੱਖਾਂ 'ਚ ਹਜੇ ਵੀ ਕਿਰਕ ਹੈ ਕੀ ਹੈ ਵੀ ਕਿਸਮ ਦੀ ਹਨੇਰੀ ਚੱਲਦੀ ਪਈ ਆ, ਤੁਸੀਂ ਉੱਤੋਂ ਨੋਟ ਕਰੋ ਨਾ ਉਹ ਸ਼ੀਸ਼ੇ ਦੇ ਅੰਦਰੋਂ ਅਤੇ ਕਿਵੇਂ ਪੱਤੇ ਚੱਲਦੇ ਪਏ, ਮਤਲਬ ਕੱਟਾ ਹੀ ਕੱਟਾ ਹੋਇਆ ਪਿਆ। ਸ਼ੁਕਰ ਆ ਘਰ ਆਉਂਦੇ ਨੂੰ ਬੱਤੀ ਆ ਗਈ, ਪਹਿਲੇ ਕੋਈ ਨਹੀਂ ਸੀ ਹੈ, ਆਉਂਦੇ ਘਰ ਬੱਤੀ ਆ ਗਈ। ਹਾਂਜੀ ਮਾਂ ਜੀ ਆ ਗਿਆ ਸਵਾਦ, ਨਹੀਂ ਤੁਸੀਂ ਰੌਲਾ ਪਾਇਆ ਸੀ ਨਾ ਸ਼ਹਿਰ ਜਾਣਾ, ਸ਼ਹਿਰ ਜਾਣਾ, ਹੁਣ ਦੱਸੋ ਸ਼ਹਿਰ ਜਾਣ ਦਾ ਮਜ਼ਾ ਆਇਆ, ਹੁਣ ਆਪਣੀ ਵਾਰੀ, ਹੁਣ ਆਪਦੇ ਕਹਿੰਦੇ ਗਏ ਸੀ ਨਾ, ਹੁਣ ਬਿਲਕੁਲ ਚੁੱਪ, ਜੇ ਕਿਤੇ ਜੇ ਮੈਂ ਲੈ ਕੇ ਗਿਆ ਹੁੰਦਾ ਨਾ, ਜੇ ਮੈਂ ਲੈ ਕੇ ਗਿਆ ਹੁੰਦਾ ਫਿਰ ਹੁਣ ਪਿੱਟਣਾ ਸੀ, ਵੇਖ ਤੇ ਹਨੇਰੀ ਆ ਗਈ, ਤੈਨੂੰ ਪਹਿਲੇ ਕਿਹਾ ਸੀ ਬੱਦਲ ਜਿਹੜੇ, ਹੁਣ ਮੈਂ ਨਹਾਤਾ ਸੀ ਸਿਰ ਮੇਰਾ ਰੇਤ ਨਾਲ ਭਰ ਗਿਆ, ਅੱਖਾਂ 'ਚ ਮੇਰੇ ਕਿਰਕ ਪੈ ਗਈ ਅਤੇ ਅੱਖਾਂ ਮੇਰੇ ਹੁਣ ਰੇਤ ਰੇਤ ਜੂ, ਮਿੱਟੀ 'ਚ ਜਾਣਾ ਪਰ ਮਿੱਟੀ 'ਚ ਅੱਖਾਂ ਖੋਲ ਕੇ ਨਹੀਂ ਜਾਣਾ, ਉੱਥੇ ਅੱਖਾਂ ਬੰਦ ਕਰਕੇ ਜਾਣਾ, ਠੀਕ ਹੈ, ਉਦੋਂ ਫਿਰ ਇਹ ਫਿਕਰ ਨਹੀਂ ਹੋਣੀ, ਉਦੋਂ ਫਿਰ ਇਹ ਜੇ ਇੰਜ ਹੋਵੇ ਨਾ ਤਾਂ ਫਿਰ ਬੰਦਾ ਲਿਬੜਿਆ ਨਾ ਆਵੇ ਨਾ, ਫਿਰ ਬੰਦਾ ਕਹੇ ਮਿੱਟੀ 'ਚ ਜਾਣਾ, ਫਿਰ ਰਾਤ ਨੂੰ ਸਿਰ 'ਚ ਮਿੱਟੀ ਪਾ ਕੇ ਬੰਦਾ ਸੌਂ ਜਾ ਕਰੇ, ਹੈਂ ਵਾਹ ਜੀ ਵਾਹ, ਉਹੀ ਨਾ ਜਦੋਂ ਆਪਣੇ 'ਤੇ ਗੱਲ ਆਉਂਦੀ ਨਾ ਉਦੋਂ ਫਿਰ ਬੰਦਾ ਕੋਈ ਗੱਲ ਨਹੀਂ ਕਰਦਾ। ਚਲੋ ਹੁਣ ਮੈਨੂੰ ਖੁਸ਼ ਕਰਨ ਵਾਸਤੇ ਇਸ ਵਜ੍ਹਾ ਤੋਂ ਹੁਣ ਵੇਖੋ ਫਰੂਟ ਚਾਟਾਂ ਬਣ ਰਹੀਆਂ ਨੇ, ਹੁਣ ਕੀ ਕਿ ਹੁਣ ਪਤਾ ਇਹਨੂੰ ਇਹ ਹੁਣ ਲਿਬੜ ਗਿਆ ਸਾਰਾ, ਹੁਣ ਇਹਨੇ ਚੀਕਣਾ ਅਤੇ ਹੁਣ ਜਨਾਨਾ ਚਲੋ ਖੁਸ਼ ਕਰਨ ਵਾਸਤੇ ਕੁਛ। ਅਸਤਗਫਿਰੁੱਲਾ ਅਸਤਗਫਿਰੁੱਲਾ, ਕੋਈ ਫਰਕ ਹੀ ਨਹੀਂ ਪੈ ਰਿਹਾ ਭਾਈ, ਮੇਰੀ ਨਾਰਾਜ਼ਗੀ ਦਾ ਕੋਈ ਫਰਕ ਨਹੀਂ, ਬਾਹਰਲਾ ਮੁਲਕ ਨਹੀਂ ਲੇਕਿਨ ਮੌਸਮ ਦਾ ਪਤਾ ਨਾ, ਮੈਂ ਕਿਹਾ ਵੀ ਮੈਂ ਕਿਹਾ ਮਿੱਟੀ ਆਣੀ, ਹੁਣ ਰਸਤੇ 'ਚ ਵਾਪਸੀ ਤੇ ਮੈਂ ਆਖਿਰ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਸੀ ਹਨੇਰੀ ਆਣੀ, ਹੈ ਤੂੰ ਤੈਨੂੰ ਜੁੰਮੀ ਹੈ, ਤਿੰਨ ਤਿੰਨ ਜੁੰਮ ਪੁਣੇ ਆਉਂਦੇ ਨੇ, ਤੈਨੂੰ ਪਤਾ ਵੀ ਦਵਾਈ ਵੀ ਲੈਣੀ ਸੀ, ਫਰੂਟ ਵੀ ਲੈਣਾ ਸੀ, ਸਬਜ਼ੀ ਵੀ ਲੈਣੀ ਸੀ, ਸਾਰਾ ਕੁਛ ਪਿਆ ਸੀ, ਅੱਜ ਦਾ ਦਿਨ ਲੰਘ ਸਕਦਾ ਸੀ, ਅੱਜ ਦਾ ਦਿਨ ਲੰਘ ਸਕਦਾ, ਮੈਂ ਤਾਂ ਹੀ ਗਿਆ। ਚਲੋ ਖੈਰ ਕੋਈ ਨਹੀਂ, ਪਤਾ ਹੁਣ ਮੈਨੂੰ ਪਤਾ ਇੱਥੇ ਮੈਂ ਬਹਿਸ ਹੋਣੀ। ਬਾਬਾ ਜੀ ਮੌਸਮ ਤਾਂ ਇੱਕ ਵਾਰੀ ਜਿਹੜਾ ਨਾ ਫਰੈਸ਼ ਹੋ ਗਿਆ ਬਾਹਰ ਸਾਰੇ ਦਾ ਸਾਰਾ ਨਾ, ਸਾਰੇ ਦਾ ਸਾਰਾ ਟੋਟਲੀ, ਅਤੇ ਮਿੱਟੀ ਛੱਟੀ ਉੱਡ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਨਾ ਸਾਰਾ ਟੋਟਲੀ ਫਰੈਸ਼ ਹੋ ਗਿਆ ਸੀ, ਮਿੱਟੀ ਸਾਰੀ ਦਾ ਮੌਸਮ ਹੋ ਗਿਆ ਠੰਡਾ। ਸਿਰਫ ਠੰਡੀ ਤੇ ਫੁੱਲ ਮਜ਼ੇਦਾਰ, ਕੱਢ ਲਿਆ ਨਾ ਫਿਰ ਗੁੱਸਾ, ਕੱਢ ਲਿਆ ਗੁੱਸਾ, ਕੱਢ ਲਿਆ ਨਾ ਗੁੱਸਾ, ਕੱਢ ਲਿਆ ਫਿਰ ਗੁੱਸਾ, ਗੁੱਸਾ ਕੀ ਆ ਹੁਣ
ਖੁਦ ਤੂੰ ਗੁੱਸਾ ਦਵਾ ਦਿੰਦਾ। ਹੁਣ ਮੈਂ ਕੀ ਗੁੱਸਾ ਦਵਾਇਆ, ਹੁਣ ਤੁਸੀਂ ਟਿੰਡੇ ਰੱਖ ਲੈ ਬਹਿ ਕੇ ਅੱਗੇ। ਹੋਰ ਕੀ ਇਹ ਤਾਂ ਕਸੂਰੀ ਰਿੰਨਣੀ ਸੀ। ਮਤਲਬ ਪਤਾ ਨਾ ਕਿ ਜਿਹੜੀ ਚੀਜ਼ ਨਹੀਂ ਉਹ ਮਤਲਬ ਦੂਜੇ ਤੀਜੇ ਦਿਨ ਹੁਣ ਪਕਾਵੇ ਨਹੀਂ, ਸਿਆਲ ਸਾਰਾ ਸਾਡੇ ਕੋਲ ਸਾਗ ਨਹੀਂ ਮੁੱਕਣਾ ਅਤੇ ਗਰਮੀ ਸਾਰੀ ਟਿੰਡ ਦੇ ਟਿੰਡੇ ਅਤੇ ਟਿੰਡਾ ਦੇ ਟਿੰਡੇ ਅਤੇ ਟਿੰਡਾ, ਠੀਕ ਹੈ। ਹੁਣ ਉਹੀ ਕੰਮ ਕਰ ਲਿਆ, ਪਤਾ ਅੱਜ ਸਵੇਰ ਦੀ ਪਤਾ ਨਹੀਂ ਮੇਰੇ ਨਾਲ ਕੀ ਦੁਸ਼ਮਣੀ ਪਾਈ ਤੁਸੀਂ, ਅੱਜ ਸਵੇਰ ਦਾ ਅਤੇ ਮੇਰਾ ਤਾਂ ਸਾਰਾ ਦਾ ਸਾਰਾ ਗੁੱਸਾ ਮੇਰੇ 'ਤੇ ਕੱਢਿਆ। ਹੁਣ ਟਿੰਡੇ ਜਾਣ ਕੇ ਪਕਾਏ, ਮੈਨੂੰ ਪਤਾ ਜਾਣ ਕੇ ਪਕਾਏ ਕਿ ਇਹ ਮੁੰਡਾ ਰੌਲਾ ਪਾਏਗਾ, ਆਪਾਂ ਰੌਲਾ ਪਾਉਣਾ ਹੀ ਨਹੀਂ, ਆਪਾਂ ਹੱਸ ਕੇ ਪਾਉਣਾ ਇਹਦੇ ਕਰਕੇ, ਆਪਾਂ ਰੌਲਾ ਪਾਉਣਾ ਨਹੀਂ। ਤੁਸੀਂ ਟਿੰਡੇ ਪਕਾਓ ਜੋ ਮਰਜ਼ੀ ਪਕਾਓ, ਮੈਨੂੰ ਸੌ ਵਾਰੀ ਕਬੂਲ, ਆਪਾਂ ਰੌਲਾ ਆਪਾਂ ਰੌਲਾ ਪਾਉਣਾ ਨਹੀਂ, ਤੁਸੀਂ ਜੋ ਮਰਜ਼ੀ ਪਕਾਓ। ਤੁਸੀਂ ਚਾਹੁੰਦੇ ਜੇ ਕਿ ਮੈਂ ਲੜਾਂ, ਮੈਨੂੰ ਪਤਾ ਆਪਣੇ ਘਰ ਵਾਲਿਆਂ ਦਾ ਨਾ ਪਤਾ ਹੁੰਦਾ, ਆਪਾਂ ਨੂੰ ਪਤਾ ਕਿ ਤੁਸੀਂ ਚਾਹੁੰਦੇ ਜੇ ਮੈਂ ਲੜਾਂ, ਆਪਾਂ ਲੜਨਾ ਨਹੀਂ, ਤੁਸੀਂ ਟਿੰਡੇ ਪਕਾਓ ਜੋ ਮਰਜ਼ੀ ਪਕਾਓ। ਇੱਕ ਮੇਰੇ ਚੋਂ ਟਿੰਡਿਆਂ ਦੇ ਵਿੱਚ ਵੀ ਪਈ ਜੇ ਥੱਲੇ, ਮੈਂ ਕੋਈ ਲੜਨਾ, ਮੈਂ ਤੁਹਾਨੂੰ ਆਖਿਆ ਮੈਂ ਲੜਨਾ ਹੀ ਨਹੀਂ, ਤੁਸੀਂ ਲੜਨਾ ਚਾਹੁੰਦੇ ਜੇ ਤੁਹਾਡਾ ਲੜਨ ਦਾ ਮੂਡ, ਆਪਾਂ ਲੜਨਾ ਹੀ ਨਹੀਂ, ਆਪਾਂ ਬੋਲਣਾ ਹੀ ਨਹੀਂ, ਆਪਾਂ ਬੋਲਣਾ ਹੀ ਨਹੀਂ, ਤੁਸੀਂ ਜੋ ਮਰਜ਼ੀ ਪਕਾਓਗੇ ਆਪਾਂ ਨੂੰ ਕਬੂਲ ਹੈ। ਮੈਂ ਤਾਂ ਸਿਰਫ ਤਿੰਨ ਵਾਰੀ ਕਹਿਣਾ ਕਬੂਲੇ ਕਬੂਲੇ ਕਬੂਲੇ, ਟਿੰਡੇ ਮੈਨੂੰ ਕਬੂਲ ਨੇ, ਮੈਨੂੰ ਟਿੰਡੇ ਨਾ ਆਪਾਂ ਨੂੰ ਟਿੰਡੇ ਕਬੂਲ ਨੇ ਭਾਈ, ਆਪਾਂ ਨੂੰ ਟਿੰਡੇ ਕਬੂਲ, ਅਸੀਂ ਦੇਸੀ ਜੇ ਬੰਦੇ, ਆਪਾਂ ਨੂੰ ਟਿੰਡੇ ਕਬੂਲ ਨੇ, ਠੀਕ ਹੈ। ਤੁਸੀਂ ਭਾਵੇਂ ਹਾਵੇ ਕੋ ਜੇ ਨਾ ਹੀ ਕੌੜੀਆਂ ਤੇ ਰੱਖ ਲਓ ਪਨਿਸ਼ਮੈਂਟ ਵਾਸਤੇ, ਨਾ ਭਾਈ ਅਸਤਗਫਿਰੁੱਲਾ। A few moments later. ਸ਼ੁਕਰ ਅਲਹਮਦੁਲਿਲਾ, ਖਾਣਾ ਖਾ ਕੇ ਬਾਬਾ ਜੀ ਮਜ਼ਾ ਆ ਗਿਆ। ਮੈਂ ਤਾਂ ਐਵੇਂ ਰੌਲਾ ਪਾਇਆ ਸੀ ਕਿ ਟਿੰਡੇ ਨਹੀਂ ਸਵਾਦੀ ਪੱਕਣੇ, ਟਿੰਡੇ ਨਹੀਂ ਸਵਾਦੀ ਪੱਕਣੇ। ਮੈਂ ਕਹਿੰਦਾ ਬਾਬਾ ਜੀ ਟਿੰਡਿਆਂ ਚੱਸ ਦੇ ਦਿੱਤੀ, ਟਿੰਡਿਆਂ ਨੇ ਸਵਾਦ ਦੇ ਦਿੱਤਾ, ਨਜ਼ਾਰਾ ਹੋ ਗਿਆ। ਟਿੰਡੇ ਬੱਕਰੇ ਨੂੰ ਅੱਜ ਟਿੰਡੇ ਬੱਕਰੇ ਨੂੰ ਵਾਕਈ ਕੱਟ ਗਏ ਨੇ, ਟਿੰਡੇ ਬੱਕਰੇ ਨੂੰ ਕੱਟ ਗਏ ਨੇ ਬਾਬਾ ਜੀ, ਲੈਵਲ ਹੋ ਗਿਆ, ਲੈਵਲ ਹੋ ਗਿਆ। ਲਵ ਯੂ ਮਾਂ ਜੀ, ਲਵ ਯੂ ਸੋਨੀਆ।